ਦੇਖੋ ਜੀ, ਮੁੰਡਿਆਂ ਦਾ ਹਾਲ ਓਪਨਲੀ ਵੈਪਨ ਫੜਿਆ ਆ ਮੁੰਡੇ ਨੇ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਦੇ ਉੱਤੇ ਤਿੰਨ ਨੌਜਵਾਨ ਬੈਠੇ ਨੇ ਅਤੇ ਇੱਕ ਨੌਜਵਾਨ ਦੇ ਹੱਥ ਦੇ ਵਿੱਚ ਪਿਸਟਲ ਪਕੜਿਆ ਹੋਇਆ ਅਤੇ ਉਸ ਨੂੰ ਲਹਿਰਾਉਂਦਾ ਹੋਇਆ ਨਜ਼ਰ ਆ ਰਿਹਾ। ਦਰਅਸਲ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਕ੍ਰਿਸਮਸ ਡੇ ਅਤੇ ਨਵੇਂ ਸਾਲ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਿੱਥੇ ਸੁਰੱਖਿਆ ਕੜੀ ਕੀਤੀ ਗਈ ਹੈ, ਬਾਵਜੂਦ ਇਸਦੇ ਅਜਿਹੀ ਵੀਡੀਓ ਦਾ ਸਾਹਮਣੇ ਆਉਣਾ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਵਾਲ ਜ਼ਰੂਰ ਖੜੇ ਕਰਦਾ ਹੈ। ਦਰਅਸਲ ਇਹ ਵੀਡੀਓ ਅੰਮ੍ਰਿਤਸਰ ਤੋਂ ਵਾਇਰਲ ਹੋਈ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਆਪਣੇ ਹੱਥ ਦੇ ਵਿੱਚ ਪਿਸਟਲ ਪਕੜ ਕੇ ਲਹਿਰਾਉਂਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਪਹਿਲਾਂ ਤਾਂ ਇਹਨਾਂ ਨੇ ਟ੍ਰਿਪਲਿੰਗ ਕੀਤੀ ਹੋਈ ਹੈ ਇੱਕੋ ਬਾਈਕ 'ਤੇ, ਜੋ ਕਿ ਰੂਲਸ ਦੇ ਉਲਟ ਹੈ। ਅਤੇ ਦੂਜੇ ਪਾਸੇ ਇਸਦੀ ਇੱਕ ਵੀਡੀਓ ਜੋ ਕਿ ਕਿਹਾ ਜਾ ਸਕਦਾ ਕਿ ਪਿੱਛੇ ਜਾ ਰਹੇ ਇੱਕ ਸ਼ਖਸ ਦੇ ਵੱਲੋਂ ਬਣਾਈ ਗਈ ਹੈ ਅਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਇੱਕ ਬਾਈਕ ਦੇ ਉੱਤੇ ਤਿੰਨ ਨੌਜਵਾਨ ਬੈਠੇ ਨੇ ਅਤੇ ਜੋ ਪਿੱਛੇ ਬੈਠਾ ਹੋਇਆ ਉਸਦੇ ਹੱਥ ਦੇ ਵਿੱਚ ਪਿਸਟਲ ਪਕੜਿਆ ਹੋਇਆ ਅਤੇ ਉਸਨੂੰ ਸ਼ਰੇਆਮ ਉਹ ਦਿਖਾਉਂਦਾ ਨਜ਼ਰ ਵੀ ਆ ਰਿਹਾ। ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਵੱਲੋਂ ਸਖ਼ਤ ਸ਼ਬਦਾਂ ਦੇ ਵਿੱਚ ਹਦਾਇਤ ਦਿੱਤੀ ਗਈ ਹੈ ਕਿ ਕੋਈ ਵੀ ਹਥਿਆਰਾਂ ਦੀ ਪ੍ਰਦਰਸ਼ਨੀ ਨਹੀਂ ਕਰੇਗਾ, ਪਰੰਤੂ ਬਾਵਜੂਦ ਇਸਦੇ ਅਜਿਹੀ ਵੀਡੀਓ ਦਾ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ। ਵੇਖੋ ਜੀ, ਮੁੰਡਿਆਂ ਦਾ ਹਾਲ ਓਪਨਲੀ ਵੈਪਨ ਫੜਿਆ ਆ ਮੁੰਡੇ ਨੇ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਦੇ ਉੱਤੇ ਤਿੰਨ ਨੌਜਵਾਨ ਬੈਠੇ ਨੇ ਅਤੇ ਇੱਕ ਨੌਜਵਾਨ ਦੇ ਹੱਥ ਦੇ ਵਿੱਚ ਪਿਸਟਲ ਪਕੜਿਆ ਹੋਇਆ ਅਤੇ ਉਸਨੂੰ ਲਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਕ੍ਰਿਸਮਸ ਡੇ ਅਤੇ ਨਵੇਂ ਸਾਲ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਿੱਥੇ ਸੁਰੱਖਿਆ ਕੜੀ ਕੀਤੀ ਗਈ ਹੈ, ਬਾਵਜੂਦ ਇਸਦੇ ਅਜਿਹੀ ਵੀਡੀਓ ਦਾ ਸਾਹਮਣੇ ਆਉਣਾ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਵਾਲ ਜ਼ਰੂਰ ਖੜੇ ਕਰਦਾ ਹੈ। ਦਰਅਸਲ ਇਹ ਵੀਡੀਓ ਅੰਮ੍ਰਿਤਸਰ ਤੋਂ ਵਾਇਰਲ ਹੋਈ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਆਪਣੇ ਹੱਥ ਦੇ ਵਿੱਚ ਪਿਸਟਲ ਪਕੜ ਕੇ ਲਹਿਰਾਉਂਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਪਹਿਲਾਂ ਤਾਂ ਇਹਨਾਂ ਨੇ ਟ੍ਰਿਪਲਿੰਗ ਕੀਤੀ ਹੋਈ ਹੈ ਇੱਕੋ ਬਾਈਕ 'ਤੇ, ਜੋ ਕਿ ਰੂਲਸ ਦੇ ਉਲਟ ਹੈ। ਅਤੇ ਦੂਜੇ ਪਾਸੇ ਇਸਦੀ ਇੱਕ ਵੀਡੀਓ ਜੋ ਕਿ ਕਿਹਾ ਜਾ ਸਕਦਾ ਕਿ ਪਿੱਛੇ ਜਾ ਰਹੇ ਇੱਕ ਸ਼ਖਸ ਦੇ ਵੱਲੋਂ ਬਣਾਈ ਗਈ ਹੈ ਅਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਇੱਕ ਬਾਈਕ ਦੇ ਉੱਤੇ ਤਿੰਨ ਨੌਜਵਾਨ ਬੈਠੇ ਨੇ ਅਤੇ ਜੋ ਪਿੱਛੇ ਬੈਠਾ ਹੋਇਆ ਉਸਦੇ ਹੱਥ ਦੇ ਵਿੱਚ ਪਿਸਟਲ ਪਕੜਿਆ ਹੋਇਆ ਅਤੇ ਉਸਨੂੰ ਸ਼ਰੇਆਮ ਉਹ ਦਿਖਾਉਂਦਾ ਨਜ਼ਰ ਵੀ ਆ ਰਿਹਾ। ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਵੱਲੋਂ ਸਖ਼ਤ ਸ਼ਬਦਾਂ ਦੇ ਵਿੱਚ ਹਦਾਇਤ ਦਿੱਤੀ ਗਈ ਹੈ ਕਿ ਕੋਈ ਵੀ ਹਥਿਆਰਾਂ ਦੀ ਪ੍ਰਦਰਸ਼ਨੀ ਨਹੀਂ ਕਰੇਗਾ, ਪਰੰਤੂ ਬਾਵਜੂਦ ਇਸਦੇ ਅਜਿਹੀ ਵੀਡੀਓ ਦਾ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ।